लो जी वीवर्स, बदामा वाली खीर बन के अपने को रेडी है। तो जे आप इस तरह की इन्नी वधिया इन्नी टेस्टी बिना खोए तो बनी है, बिना मतलब कि क्रीम तो इन्नी वधिया बनती। आओ फिर आप वेखिए भी बदामा वाली खीर आप किस तरह बनावांगे। सारे नू सत श्री अकाल जी, परमजीत सिद्धू की किचन दे विच तुहाडा बहुत बहुत स्वागत है। बदामा वाली खीर बनाने वास्ते आप 3 लीटर के नेड़ आप दुध ले लिया, जिन्हों आप पुन के एक पतीले च पा लिया। तो इनू आप हजे दुध होर पाऊगा, फिर 3 लीटर होगा। ਆਪਾਂ ਗੈਸ ਜਲਾ ਕੇ ਦੁੱਧ ਦਾ ਪਤੀਲਾ ਜਿਹੜਾ ਉੱਪਰ ਗੈਸ 'ਤੇ ਧਰ ਲਿਆ, ਤਾਂ ਇਹਨੂੰ ਆਪਾਂ ਹੁਣ ਨਾ ਖੁਰਚਣੇ ਨਾਲ ਕਿਸੇ ਕੜਛੀ ਨਾਲ ਵਿੱਚ ਵਿੱਚ ਦੀ ਹਿਲਾਉਂਦੇ ਰਵਾਂਗੇ। ਤਾਂ ਜਿੰਨੇ ਨੂੰ ਆਪਣਾ ਦੁੱਧ ਗਰਮ ਹੁੰਦਾ, ਆਪਾਂ ਕੋਲੋਂ 200 ਗ੍ਰਾਮ ਚੌਲ ਲੈ ਲਏ ਆ ਖੀਰ ਵਾਲੇ, ਤਾਂ ਇਹਨਾਂ ਨੂੰ ਚੁੱਕ ਸਵਾਰ ਕੇ ਅਤੇ ਚੰਗੀ ਤਰ੍ਹਾਂ ਧੋ ਲਿਆ। ਲਓ ਜੀ, ਦੁੱਧ ਵੀ ਆਪਣਾ ਹੁਣ ਉਬਾਲੇ 'ਤੇ ਆ ਚੱਲਿਆ, ਅਤੇ ਆਪਾਂ ਚੌਲ ਵੀ ਕੋਲੋਂ ਧੋ ਸਵਾਰ ਲਏ ਆ 2-3 ਪਾਣੀ। ਤਾਂ ਇਹਨਾਂ ਨੂੰ ਆਪਾਂ ਵਿੱਚ ਮਿਕਸ ਕਰ ਦਾਂਗੇ। ਕਈ ਵਾਰੀ ਆਪਣੇ ਕੋਲ ਜੇ ਟਾਈਮ ਹੋਵੇ ਤਾਂ ਥੋੜ੍ਹਾ ਚੌਲਾਂ ਨੂੰ ਆਪਾਂ ਪਹਿਲਾਂ ਭਿਉਂ ਕੇ ਵੀ ਪਾਣੀ ਦੇ ਵਿੱਚ ਰੱਖ ਦਈਏ, ਤਾਂ ਵੀ ਬਹੁਤ ਵਧੀਆ ਇਹਨਾਂ ਦਾ ਖੀਰ ਦਾ ਟੈਕਸਚਰ ਆਉਂਦਾ। ਵਿਵਰਸ, ਵੀਡੀਓ ਦੇ ਚੱਲਦੇ ਚੱਲਦੇ ਮੇਰੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਇਹਦੇ ਵਿੱਚ ਪਾਉਣ ਲਈ ਲਏ ਆਪਾਂ ਬਦਾਮ, ਕਾਜੂ, ਨਾਰੀਅਲ ਦਾ ਖੋਪਾ ਅਤੇ ਕਿਸ਼ਮਿਸ਼। ਆਪਾਂ ਹੁਣ ਡਰਾਈ ਫਰੂਟ ਕੋਲੋਂ ਕੱਟ ਲਾਂਗੇ, ਅਤੇ ਬਦਾਮ ਅਤੇ ਕਾਜੂ ਅਤੇ ਖੋਪਾ ਆਪਾਂ ਬਰੀਕ ਬਰੀਕ ਥੋੜ੍ਹਾ ਕਟਿੰਗ ਕਰ ਲਵਾਂਗੇ। ਡਰਾਈ ਫਰੂਟ ਟੋਟਲੀ ਆਪਸ਼ਨਲ ਹੈ, ਜੇ ਤੁਹਾਡੇ ਕੋਲ ਹੈਗਾ ਤਾਂ ਪਾ ਲਓ, ਨਹੀਂ ਹੈਗਾ ਤਾਂ ਇਕੱਲੇ ਦੁੱਧ ਅਤੇ ਖੀਰ ਅਤੇ ਜੋ ਵੀ ਥੋੜ੍ਹਾ ਬਹੁਤਾ ਵੀ ਸਮਾਨ ਆਪਣੇ ਕੋਲ ਘਰ ਹੋਵੇ ਤਾਂ ਆਪਾਂ ਪਾ ਸਕਦੇ ਹਾਂ। ਵਿੱਚ ਵਿੱਚ ਦੀ ਆਪਾਂ ਹਿਲਾਉਂਦੇ ਜ਼ਰੂਰ ਰਵਾਂਗੇ ਵੀ ਆਪਣੀ ਖੀਰ ਹੈ ਜਿਹੜੀ ਉਹ ਨੀਚੇ ਨਾ ਲੱਗ ਜਾਵੇ। ਅਤੇ ਉੱਪਰੋਂ ਆਪਾਂ ਓਪਨ ਨਹੀਂ ਪਕਾਵਾਂਗੇ ਵੀ ਜਿਹੜਾ ਜਲਦੀ ਇਹ ਰਿਡਿਊਸ ਵੀ ਹੁੰਦੀ ਰਹੇ। ਹੁਣ ਵੇਖੋ ਅੱਗੇ ਨਾਲੋਂ ਦੁੱਧ ਕਾਫੀ ਘੱਟ ਗਿਆ ਅਤੇ ਚੌਲ ਵੀ ਥੋੜ੍ਹੇ ਫੁੱਲ ਗਏ। ਹੁਣ ਸਾਈਡਾਂ ਤੋਂ ਵੀ ਨਾਲ ਦੀ ਨਾਲ ਆਪਾਂ ਉਤਾਰਦੇ ਰਵਾਂਗੇ ਅਤੇ ਬਿਲਕੁਲ ਰਬੜੀ ਵਰਗਾ ਟੈਕਸਚਰ ਆਉਂਦਾ। ਅਤੇ ਹੁਣ ਆਪਾਂ ਖੀਰ ਆਪਣੀ ਅੱਧੀ ਬਣ ਚੁੱਕੀ ਹੈ। ਕਾਜੂ, ਬਦਾਮ ਅਤੇ ਨਾਰੀਅਲ ਦਾ ਖੋਪਾ ਇਹ ਆਪਾਂ 3 ਚੀਜ਼ਾਂ ਵਿੱਚ ਪਾ ਦਿਆਂਗੇ। ਮੈਂ ਕਿਸ਼ਮਿਸ਼ ਥੋੜ੍ਹਾ ਰੁਕ ਕੇ ਹੀ ਪਾਉਂਦੀ ਹੁੰਦੀ ਹਾਂ ਕਿਉਂਕਿ ਕਿਸ਼ਮਿਸ਼ ਪਾਉਣ ਨਾਲ ਬਾਹਲੀ ਦੇਰ ਜੇ ਪੱਕਦੀ ਰਹੇ ਤਾਂ ਫਿਰ ਉਹ ਖੱਟੀ ਹੋ ਜਾਂਦੀ ਹੈ ਖੀਰ। ਤਾਂ ਇਹਨੂੰ ਆਪਾਂ ਹੁਣ ਹੋਰ ਪਕਾ ਲਵਾਂਗੇ। ਲਓ ਜੀ, ਹੁਣ ਆਪਾਂ ਹੋਰ 10 ਕੁ ਮਿੰਟ ਪਕਾ ਲਈ ਹੈ ਤਾਂ ਵਿੱਚ ਆਪਾਂ ਕਿਸ਼ਮਿਸ਼ ਵੀ ਪਾ ਦਿੱਤੀ ਹੈ। ਤਾਂ ਹੁਣ ਆਪਾਂ 1/2 ਕਟੋਰੀ ਆਪਾਂ ਚੀਨੀ ਦੇ ਵਿੱਚ ਮਿਕਸ ਕਰ ਲਾਂਗੇ। ਚੀਨੀ ਆਪਣੇ ਆਪਦੇ ਟੇਸਟ ਦੇ ਅਕੋਰਡਿੰਗ ਹੈ, ਜੇ ਉਸ ਤਰ੍ਹਾਂ ਦੀ ਵੀ ਆਪਾਂ ਖਾਂਦੇ ਹਾਂ, ਆਪਣੀ ਫੈਮਿਲੀ ਪਸੰਦ ਕਰਦੀ ਹੈ, ਆਪਾਂ ਉਸ ਤਰ੍ਹਾਂ ਦੀ ਪਾਵਾਂਗੇ। ਪਰ ਖੀਰ ਥੋੜ੍ਹੀ ਜਿਹੀ ਹਲਕੀ ਜਿਹੀ ਫਿੱਕੀ ਜਿਹੀ ਜ਼ਿਆਦਾ ਟੇਸਟੀ ਲੱਗਦੀ ਹੈ, ਬਾਕੀ ਜਿਸ ਤਰ੍ਹਾਂ ਤੁਸੀਂ ਖਾਂਦੇ ਹੋ ਉਵੇਂ ਬਣਾ ਲਓ। ਲਓ ਜੀ, ਆਪਾਂ ਇੰਨੀ ਕੁ ਹੀ ਥਿੱਕ ਰੱਖਾਂਗੇ ਕਿਉਂਕਿ ਖੀਰ ਪਤਲੀ ਪਤਲੀ ਜ਼ਿਆਦਾ ਟੇਸਟੀ ਲੱਗਦੀ ਹੁੰਦੀ ਹੈ। ਵੇਖੋ ਐਂ ਰਬੜੀ ਵਰਗਾ ਦੁੱਧ ਬਣ ਗਿਆ ਕੜ ਕੜ ਕੇ, ਬੜਾ ਟੇਸਟੀ। ਤਾਂ ਹੁਣ ਭਾਵੇਂ ਇਹਦੇ ਵਿੱਚ ਆਪਾਂ ਪਾ ਲਈਏ ਛੋਟੀ ਇਲਾਇਚੀ, ਹਰੀ ਇਲਾਇਚੀ, ਅਤੇ ਭਾਵੇਂ ਆਪਾਂ ਪਾ ਲਈਏ ਕੇਵੜਾ ਜਲ, ਪਰ ਮੈਂ ਇਲਾਇਚੀ ਦਾ ਟੇਸਟ ਨਹੀਂ ਦੇ ਰਹੀ, ਸੋਰੀ ਮੈਂ ਦੇ ਰਹੀ ਹਾਂ ਕੇਵੜੇ ਜਲ ਦਾ ਫਲੇਵਰ ਦੇ ਰਹੀ ਹਾਂ, ਜਿਹੜੀ ਕਿ ਬੜੀ ਟੇਸਟੀ ਬਣਦੀ ਹੈ। ਚਮਚ, 1.5 ਚਮਚ ਆਪਾਂ ਕੇਵੜਾ ਜਲ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਉਸ ਵੇਲੇ ਤਾਂ ਉੱਪਰੋਂ ਆਪਾਂ ਢੱਕ ਦੇਵਾਂਗੇ ਉਹ ਟੋਪੀਏ ਨੂੰ ਕਿ ਵਿੱਚ ਚੰਗੀ ਤਰ੍ਹਾਂ ਫਲੇਵਰ ਆ ਜਾਵੇ। ਲਓ ਜੀ, ਹੁਣ ਆਪਣੀ ਖੀਰ ਬਣੀ ਨੂੰ ਵੀ 10 ਕੁ ਮਿੰਟ ਹੋ ਗਏ ਆ, ਥੋੜ੍ਹੀ ਜਿਹੀ ਮੋਟੀ ਮੋਟੀ ਜਿਹੀ ਹਵਾ, ਗਰਮ ਹਵਾ ਨਿਕਲ ਚੁੱਕੀ ਹੈ। ਤਾਂ ਹੁਣ ਆਪਾਂ ਇਹਨੂੰ ਆਪਾਂ ਵੇਖੋ ਕਿੰਨੀ ਵਧੀਆ ਹੈ, ਮਤਲਬ ਪਤਲੀ ਵੀ ਹੈਗੀ, ਪਤਲੀ ਫੋਮ 'ਚ ਵੀ ਹੈਗੀ ਹੈ ਅਤੇ ਥਿੱਕ ਵੀ ਪੂਰੀ ਹੈਗੀ ਹੈ। ਲਓ ਜੀ ਵੀਵਰਸ, ਖੀਰ ਬਣ ਕੇ ਰੈਡੀ ਹੈ ਅਤੇ ਜਿਹਨੂੰ ਆਪਾਂ ਉੱਪਰੋਂ ਗਾਰਨਿਸ਼ ਕੀਤਾ ਕਾਜੂ ਅਤੇ ਬਦਾਮ ਦੀ ਕਤਰਨ ਨਾਲ। ਤਾਂ ਵੀਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਇਹਨੂੰ ਲਾਈਕ ਕਰਨਾ, ਫੈਮਿਲੀ ਫਰੈਂਡ ਦੇ ਨਾਲ ਸ਼ੇਅਰ ਕਰਨਾ, ਔਰ ਜੋ ਵੀਵਰਸ ਮੇਰੇ ਚੈਨਲ 'ਤੇ ਫਸਟ ਟਾਈਮ ਵੀਡੀਓ ਵੇਖ ਰਹੇ ਆ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਮੇਰੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਘੰਟੀ ਵਾਲਾ ਬਟਨ ਆਲ 'ਤੇ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਵੀ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੈਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਣਾ ਵੀ ਤੁਹਾਨੂੰ ਬਦਾਮਾਂ ਵਾਲੀ ਖੀਰ ਕਿਸ ਤਰ੍ਹਾਂ ਦੀ ਲੱਗੀ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।